लुधियाना पहुंचे पूर्व सांसद मुनीष तिवारी का उनके समर्थकों की तरफ से सम्मान किया गया। तिवारी समर्थकों ने लुधियाना के कांग्रेसी नेता का नाम लेकर कहा कि वो कार्यकर्ताओं को नजरअंदाज कर रहे हैं। आप भी सुनिए कांग्रेसी नेता और मुनीष तिवारी को। देखो ऐसा है कि पंजाब के विच कांग्रेस पार्टी ने अज लंबी बड़ी वड्डी रैली की है और साडा जिहड़ा इह प्रोग्राम सीगा इह पहले दा उरीकिया होया सीगा और कांग्रेस पार्टी च जिहड़े वख-वख अहुदियां ते लोग बैठे ने वो कांग्रेस पार्टी नूं मजबूत करन वास्ते अपना योगदान पाउंदे ने। तां इस दे अज दा इह जिहड़ा सम्मान समारोह है इह जिहड़े कांग्रेस पार्टी के वर्कर ने जिहड़े जमीनी वर्कर ने ये उन्हां दी इच्छा सीगी और उन्हां दी इच्छा दे अनुसार अज उन्होंने मैनू इत्थे बुलाया और मैं उन्हां दा बहुत मशहूर। देखो मैं साडे हाईकमांड नूं गल कहूँगा बई पार्टी का उपर ऑल इंडिया दे तो लैके थले तक जिहड़ा हाल अज असीं देख रहे हाँ उहदी वजह का जिहड़ा कारण यही है वर्कर नूं इगनोर किया जाता है। तकरीबन मैं जिहड़े दी मैंबरी तो चलिया सीगा ਜ਼ਿਲ੍ਹੇ ਦਾ ਜੁਆਇੰਟ ਸਕੱਤਰ ਜਨਰਲ ਸਕੱਤਰ ਬਲਾਕ ਪ੍ਰੈਜ਼ੀਡੈਂਟ ਕੌਂਸਲਰ ਰਿਹਾ ਤਿੰਨ ਵਾਰ ਮੈਂ ਇਲੈਕਸ਼ਨ ਲੜ ਚੁੱਕਿਆ ਚਾਰ ਵਾਰ ਇਲੈਕਸ਼ਨ ਲੜ ਚੁੱਕੇ ਹਾਂ ਹੈ ਜੀ ਅਤੇ ਅੱਜ ਪੰਜਾਬ ਦਾ ਸਕੱਤਰ ਹਾਂ। ਠੀਕ ਹੈ ਦਰਜਾ ਬਦਰਜਾ ਸਾਨੂੰ ਜਿਹੜੀਆਂ ਜੋ ਜੋ ਸਾਡੀ ਮਿਹਨਤ ਸੀ ਉਹਦੇ ਮੁਤਾਬਕ ਸਾਨੂੰ ਹੱਕ ਮਿਲਦੇ ਚਲੇ ਗਏ ਨੇ ਪਰ ਇਹਨਾਂ ਨੇ ਤਾਂ ਜਮੇ ਹੀ ਬਿਲਕੁਲ ਸਾਨੂੰ ਇਗਨੋਰ ਹੀ ਕਰ ਦਿੱਤਾ ਸਾਨੂੰ। ਦੇਖੋ ਜੀ ਸਾਨੂੰ ਲੱਗ ਰਿਹਾ ਵੀ ਸਾਨੂੰ ਇਹ ਮਨੀਸ਼ ਕੈਂਪ ਦੇ ਵਿੱਚ ਸਮਝ ਰਹੇ ਨੇ ਸਾਨੂੰ ਲੱਗ ਰਿਹਾ ਵੀ ਮਨੀਸ਼ ਧੜਾ ਜਾਂ ਮਨੀਸ਼ ਕੈਂਪ ਦੇ ਵਿੱਚ ਸਾਨੂੰ ਇਹ ਸਮਝ ਰਹੇ ਨੇ ਜੋ ਸਾਡੇ ਮੈਂਬਰ ਪਾਰਲੀਮੈਂਟ ਜਾਂ ਹੋਰ ਜਿਹੜੀ ਲੀਡਰਸ਼ਿਪ ਹੈ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਸਾਨੂੰ ਉਹ ਸਮਝ ਜਾ ਰਿਹਾ ਪਰ ਅਸੀਂ ਕਾਂਗਰਸੀ ਹਾਂ। ਨੋਟ ਇੱਦਾਂ ਸੀਗਾ ਦੇਖੋ ਮੈਂ ਕਿਹਾ ਸੀਗਾ ਵੀ ਅਸੀਂ ਜਿਹੜਾ ਪੈਲਸ 'ਚ ਰੈਲੀ ਕਰਨੀ ਆ ਉਹ ਤੁਸੀਂ ਆਪਣਾ 9 ਤਰੀਕ ਦਾ ਪਹਿਲਾਂ ਕਰੋ। ਨਹੀਂ ਇੱਧਰੋਂ ਕਿਸੇ ਬੰਦੇ ਨੇ ਜੇ ਆਪਣੇ 1 ਮਿੰਟ ਜੇ 7 ਤਰੀਕ ਰੱਖੇ ਵੀ ਹੁੰਦੇ ਅਸੀਂ ਤਾਂ ਵੀ ਨਹੀਂ ਜਾਣਾ ਜੀ ਉੱਥੇ ਕਿਉਂ ਵਾਰਡ ਦੂਰ ਆ 5-6 ਘੰਟੇ ਦਾ ਰਸਤਾ ਹੈਗਾ ਔਰ ਆਹ ਤਾਂ ਫਿਰ ਬੱਸ ਆਉਣਾ ਸੀਗਾ ਖੇਖਰਾ ਪਏ ਆ ਉਹ ਰੈਲੀ ਜਿਹੜੇ ਹੈਗੇ ਨੇੜੇ ਦੇ ਨਾਲ ਦੇ ਜਿਹੜੇ 5-4 ਜ਼ਿਲ੍ਹੇ ਆ ਉਹ ਉੱਥੋਂ ਦੇ ਰੁਕੇ ਗਏ ਬਹੁਤ ਘੱਟ ਗਏ ਆ। ਹਾਂ ਸਾਨੂੰ ਤਾਂ ਪਤਾ ਨਹੀਂ ਸਾਨੂੰ ਸਾਡਾ ਕੋਈ ਨੌਲੇਜ ਨਹੀਂ ਸਾਡੇ ਇਸ ਵਿੱਚ ਗਈ ਹੋਵੇ ਸਾਊਥ ਵਿੱਚੋਂ ਤਾਂ ਮੈਨੂੰ ਉਮੀਦ ਨਹੀਂ ਕੋਈ ਆਪਣਾ ਜੇ ਗਏ ਹੋਣੇ ਆ ਉਹ ਆਪਣੇ ਰਾਹ 'ਚ ਬਣਨਗੇ।